ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅੱਜ 28 ਫਰਵਰੀ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਵਰਲਡ ਦੀਆਂ ਨਿਊਜ਼, ਅਮਰੀਕਾ ਦੀਆਂ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਅੱਜ ਦੀਆਂ ਇਹਨਾਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪੋਂਸਰਸ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪੋਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ, ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ, 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਛਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਵੱਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਨਵੰਬਰ 2016 ਦੇ ਵਿੱਚ ਹੋਣ ਜਾ ਰਹੀਆਂ ਰਾਸ਼ਟਰਪਤੀ ਦਿੱਲੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੇ ਮਜ਼ਬੂਤ ਦਾਅਵੇਦਾਰ ਨਜ਼ਰ ਆ ਰਹੇ ਡੋਨਲਡ ਟਰੰਪ ਹੁਣ ਕਈ ਪਾਸਿਆਂ ਤੋਂ ਘਿਰਦੇ ਨਜ਼ਰ ਆ ਰਹੇ ਹਨ। ਡੋਨਲਡ ਟਰੰਪ ਨੇ ਇੱਕ ਟੀਵੀ ਚੈਨਲ ਦੇ ਉੱਤੇ ਦਿੱਤੀ ਇੰਟਰਵਿਊ ਦੇ ਵਿੱਚ KKK ਦੇ ਲੀਡਰ ਡੇਵਿਡ ਡਿਊਕ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦਿੱਤਾ। KKK ਯਾਨੀ ਕਿ ਕੂ ਕਲਕਸ ਕਲੈਨ, ਜੋ ਕਿ ਇੱਕ ਗੋਰਿਆਂ ਲੋਕਾਂ ਦਾ ਰੇਸਿਸਟ ਗਰੁੱਪ ਹੈ, ਉਹਨਾਂ ਨੇ ਆਪਣੀ ਓਪਨ ਸਪੋਰਟ ਡੋਨਲਡ ਟਰੰਪ ਨੂੰ ਦਿੱਤੀ ਹੈ। ਜਦੋਂ ਡੋਨਲਡ ਟਰੰਪ ਤੋਂ ਇਸ ਬਾਰੇ ਪੁੱਛਿਆ ਗਿਆ ਅਤੇ ਉਸ ਰੇਸਿਸਟ ਗਰੁੱਪ KKK ਦੀ ਨਿੰਦਾ ਕਰਨ ਲਈ ਉਹਨਾਂ ਨੂੰ ਕਿਹਾ ਗਿਆ ਤਾਂ ਉਹਨਾਂ ਨੇ ਕਿਹਾ, "Well, just so you understand, I don't know anything about David Duke, okay? I don't know anything about what you're even talking about with white supremacy or white supremacists. So, I don't know. I mean, I don't know did he endorse me or what's going on because you wouldn't want me to condemn a group that I know nothing about. I have to look." ਉਹਨਾਂ ਨੇ ਕਿਹਾ ਕਿ ਮੈਂ ਇਸ ਨਾਮ ਦੇ ਕਿਸੇ ਵੀ ਗਰੁੱਪ ਨੂੰ ਨਹੀਂ ਜਾਣਦਾ ਅਤੇ ਨਾ ਹੀ ਮੈਂ ਡੇਵਿਡ ਡਿਊਕ ਨੂੰ ਜਾਣਦਾ ਹਾਂ ਅਤੇ ਨਾ ਹੀ ਉਸ ਨੂੰ ਕਦੇ ਮਿਲਿਆ ਹਾਂ, ਅਤੇ ਜੇ ਮੈਂ ਕਿਸੇ ਬਾਰੇ ਵੀ ਨਹੀਂ ਜਾਣਦਾ ਤਾਂ ਮੈਂ ਉਸ ਦੇ ਬਾਰੇ ਕੋਈ ਵੀ ਟਿੱਪਣੀ ਨਹੀਂ ਕਰ ਸਕਦਾ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਵਰਜੀਨੀਆ ਦੀ ਇੱਕ ਰੈਲੀ ਦੇ ਵਿੱਚ ਉਹਨਾਂ ਦੇ ਪ੍ਰਮੁੱਖ ਰਾਈਵਲ ਮਾਰਕੋ ਰੂਬੀਓ ਨੇ ਟਰੰਪ ਦੇ ਸੰਨ 2000 ਦੇ ਵਿੱਚ ਕੀਤੇ ਇੱਕ ਕਮੈਂਟ ਦੇ ਬਾਰੇ ਜ਼ਿਕਰ ਕੀਤਾ, ਜਿਸ ਦੇ ਵਿੱਚ KKK ਦਾ ਜ਼ਿਕਰ ਹੈ। ਉਹਨਾਂ ਨੇ ਡੋਨਲਡ ਟਰੰਪ ਦੇ ਉੱਤੇ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸਾਡੀ ਪਾਰਟੀ ਕਿਸੇ ਵੀ ਇਹੋ ਜਿਹੇ ਵਿਅਕਤੀ ਨੂੰ ਨੋਮੀਨੇਟ ਨਹੀਂ ਕਰਨਾ ਚਾਹੀਦਾ ਜੋ ਕਿ ਇੱਕ ਰੇਸਿਸਟ ਗਰੁੱਪ ਦੀ ਨਿੰਦਾ ਨਾ ਕਰ ਸਕੇ। ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਹੀ ਗਲਤ ਗੱਲ ਹੈ ਕਿ ਜੇ ਪਾਰਟੀ ਇਹੋ ਜਿਹੇ ਵਿਅਕਤੀ ਨੂੰ ਨੋਮੀਨੇਟ ਕਰਦੀ ਹੈ ਜੋ ਕਿ ਇੱਕ ਰੇਸਿਸਟ ਗਰੁੱਪ ਦਾ ਸਮਰਥਨ ਲੈਂਦਾ ਹੋਵੇ, ਤਾਂ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਪਾਰਟੀ ਗਰੋ ਨਹੀਂ ਕਰ ਸਕਦੀ। ਅਤੇ ਉਹਨਾਂ ਦੇ ਦੂਸਰੇ ਰਾਈਵਲ ਟੈਡ ਕਰੂਜ਼ ਨੇ ਵੀ ਟਵਿੱਟਰ ਦੇ ਉੱਤੇ ਡੋਨਲਡ ਟਰੰਪ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਇਸ ਤੋਂ ਬੈਟਰ ਵਿਅਕਤੀ ਹਨ ਅਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੇਸਿਜ਼ਮ ਇੱਕ ਗਲਤ ਗੱਲ ਹੈ ਅਤੇ ਸਾਨੂੰ ਕਿਸੇ ਨੂੰ ਵੀ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ। ਡੈਮੋਕ੍ਰੈਟਿਕ ਪਾਰਟੀ ਦੇ ਬਰਨੀ ਸੈਂਡਰਸ, ਜੋ ਕਿ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਬਣਨ ਲਈ ਆਪਣੀ ਦਾਅਵੇਦਾਰੀ ਲਈ ਚੋਣਾਂ ਲੜ ਰਹੇ ਹਨ, ਉਹਨਾਂ ਨੇ ਵੀ ਟਰੰਪ ਦੇ ਇਸ ਬਿਆਨ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਅਮਰੀਕਾ ਦੇ ਪਹਿਲੇ ਬਲੈਕ ਪ੍ਰੈਜ਼ੀਡੈਂਟ ਨੂੰ ਕੋਈ ਵੀ ਇਹੋ ਜਿਹੇ ਵਿਅਕਤੀ ਰਿਪਲੇਸ ਨਹੀਂ ਕਰ ਸਕਦਾ ਜੋ ਕਿਸੇ ਰੇਸਿਸਟ ਗਰੁੱਪ ਦੇ ਨਾਲ ਸੰਬੰਧ ਰੱਖਦਾ ਹੋਵੇ ਅਤੇ ਉਸ ਦੀ ਨਿੰਦਾ ਕਰਨ ਤੋਂ ਇਨਕਾਰ ਕਰ ਦੇਵੇ। ਅਤੇ ਕਾਰੀ ਦੂਸਰੀ ਖਬਰ ਦੇ ਵਿੱਚ ਟੈਡ ਕਰੂਜ਼ ਨੇ ਡੋਨਲਡ ਟਰੰਪ ਦੀ ਸੰਪੱਤੀ ਨੂੰ ਲੈ ਕੇ ਉਸ ਦੇ ਉੱਤੇ ਨਿਸ਼ਾਨਾ ਬਣਾਇਆ ਹੈ। ਟੈਡ ਕਰੂਜ਼ ਅਤੇ ਮਾਰਕੋ ਰੂਬੀਓ ਦੋਨਾਂ ਨੇ ਹੀ ਆਪਣੀ ਟੈਕਸ ਇਨਫੋਰਮੇਸ਼ਨ ਜਾਰੀ ਕਰ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਵੀ ਆਪਣੀ ਟੈਕਸ ਇਨਫੋਰਮੇਸ਼ਨ ਅਤੇ ਆਪਣੇ IRS ਦੇ ਡਾਕੂਮੈਂਟ ਜਾਰੀ ਕਰ ਦੇਣੇ ਚਾਹੀਦੇ ਹਨ ਅਤੇ ਉਹਨਾਂ ਨੇ ਕਿਹਾ ਜੇਕਰ ਡੋਨਲਡ ਟਰੰਪ ਆਪਣੇ IRS ਦੇ ਡਾਕੂਮੈਂਟ ਰਿਲੀਜ਼ ਕਰਦੇ ਹਨ ਤਾਂ ਇਸ ਤੋਂ ਪਤਾ ਲੱਗੇਗਾ ਕਿ ਡੋਨਲਡ ਟਰੰਪ ਦਾ ਮਾਫੀਆ ਬਿਜ਼ਨਸ ਦੇ ਨਾਲ ਕਿੰਨਾ ਕਨੈਕਸ਼ਨ ਹੈ। ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਜੋ ਡੋਨੇਸ਼ਨਸ ਪਲੈਨਡ ਪੇਰੈਂਟਹੁੱਡ ਨੂੰ ਜਾਂਦੀਆਂ ਹਨ ਉਸ ਦੇ ਬਾਰੇ ਵੀ ਸੱਚਾਈ ਸਾਹਮਣੇ ਆਵੇਗੀ। ਟੈਡ ਕਰੂਜ਼ ਨੇ ਆਪਣੇ ਪਿਛਲੇ 5 ਸਾਲਾਂ ਦੀਆਂ ਟੈਕਸ ਰਿਟਰਨਸ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਡੋਨਲਡ ਟਰੰਪ ਦੀਆਂ ਜੇਕਰ ਟੈਕਸ ਸਟੇਟਮੈਂਟ ਸਾਹਮਣੇ ਆਉਂਦੀਆਂ ਹਨ ਤਾਂ ਇੱਕ ਬਹੁਤ ਵੱਡਾ ਧਮਾਕਾ ਕਰਨਗੀਆਂ। ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਡੋਨਲਡ ਟਰੰਪ ਜਿੰਨੀ ਆਪਣੀ ਸੰਪੱਤੀ ਦਾ ਦਾਅਵਾ ਕਰਦੇ ਹਨ ਉਹਨਾਂ ਦੇ ਕੋਲ ਉਸ ਤੋਂ ਕਿਤੇ ਹੀ ਜ਼ਿਆਦਾ ਘੱਟ ਸੰਪੱਤੀ ਹੈ। ਟੈਡ ਕਰੂਜ਼ ਨੇ ਡੋਨਲਡ ਟਰੰਪ ਦੇ ਉੱਤੇ ਇਲਜ਼ਾਮ ਲਾਇਆ ਹੈ ਕਿ ਡੋਨਲਡ ਟਰੰਪ ਵਧਾ
ਚੜਾ ਕੇ ਆਪਣੀ ਪ੍ਰਾਪਰਟੀ ਲੋਕਾਂ ਦੇ ਵਿੱਚ ਦੱਸ ਰਹੇ ਹਨ। ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਓ ਨੇ ਵੀ ਡੋਨਲਡ ਟਰੰਪ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਜਿੰਨੀ ਇਨਕਮ ਦਾ ਦਾਅਵਾ ਕਰਦੇ ਹਨ ਅਸਲ 'ਚ ਉਸ ਤੋਂ ਬਹੁਤ ਹੀ ਜ਼ਿਆਦਾ ਘੱਟ ਉਹਨਾਂ ਦੀ ਇਨਕਮ ਹੈ। ਟੈਡ ਕਰੂਜ਼ ਅਤੇ ਮਾਰਕੋ ਰੂਬੀਓ ਦੋਨਾਂ ਨੇ ਹੀ ਡੋਨਲਡ ਟਰੰਪ ਦੇ ਖਿਲਾਫ ਆਪਣੀ ਜ਼ਬਾਨੀ ਜੰਗ ਤੇਜ਼ ਕਰ ਦਿੱਤੀ ਹੈ, ਕਿਉਂਕਿ ਜੋ ਆਉਣ ਵਾਲਾ ਸੁਪਰ ਟਿਊਜ਼ਡੇ ਹੈ ਜਿਸ ਦੇ ਵਿੱਚ 11 ਸਟੇਟਾਂ ਦੇ ਵਿੱਚ ਪ੍ਰਾਇਮਰੀਜ਼ ਹੋਣੀਆਂ ਹਨ, ਉਹਨਾਂ ਦੇ ਵਿੱਚ 595 ਡੈਲੀਗੇਟਸ ਚੁਣੇ ਜਾਣਗੇ ਅਤੇ ਇਸ ਟਿਊਜ਼ਡੇ ਨੂੰ ਕੁਛ ਹੱਦ ਤੱਕ ਸਾਫ਼ ਹੋ ਜਾਵੇਗਾ ਕਿ ਰਿਪਬਲਿਕਨ ਪਾਰਟੀ ਦੇ ਵਿੱਚੋਂ ਕੌਣ ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਉਮੀਦਵਾਰ ਉੱਭਰ ਕੇ ਆ ਰਿਹਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਜਿੰਨੇ ਵੀ ਦਾਅਵੇਦਾਰ ਰਾਸ਼ਟਰਪਤੀ ਦੀਆਂ ਚੋਣਾਂ ਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹੁੰਦੇ ਹਨ ਤਾਂ ਲਗਭਗ ਸਾਰੇ ਹੀ ਆਪਣੀ ਟੈਕਸ ਸਟੇਟਮੈਂਟਸ ਰਿਲੀਜ਼ ਕਰ ਦਿੰਦੇ ਹਨ। ਹਿਲਰੀ ਕਲਿੰਟਨ ਨੇ ਪਿਛਲੇ ਸਾਲ ਇਹ ਕਰ ਦਿੱਤਾ ਸੀ, ਪਰ ਹਜੇ ਤੱਕ ਡੋਨਲਡ ਟਰੰਪ ਨੇ ਆਪਣੀਆਂ ਟੈਕਸ ਸਟੇਟਮੈਂਟਸ ਜਾਰੀ ਨਹੀਂ ਕੀਤੀਆਂ, ਜਿਨ੍ਹਾਂ ਦੇ ਕਰਕੇ ਟੈਡ ਕਰੂਜ਼ ਅਤੇ ਮਾਰਕੋ ਰੂਬੀਓ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬਗਦਾਦ ਦੇ ਵਿੱਚ ਹੋਏ ਇੱਕ ਟਵਿਨ ਸੁਸਾਈਡ ਬੰਬਿੰਗ ਦੇ ਵਿੱਚ 70 ਲੋਕ ਮਾਰੇ ਗਏ ਹਨ। ਇਸ ਬੰਬਿੰਗ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਗਰੁੱਪ ਨੇ ਲਈ ਹੈ ਅਤੇ ਇਹ ਧਮਾਕੇ ਬਗਦਾਦ ਦੀ ਇੱਕ ਸ਼ਾਇਡ ਡਿਸਟ੍ਰਿਕਟ ਦੇ ਕੋਲ ਹੋਇਆ। ਪੁਲਿਸ ਦੇ ਸੋਰਸਿਸ ਨੇ ਦੱਸਿਆ ਹੈ ਕਿ ਬੰਬਰਸ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ, ਜਿਸ ਤੋਂ ਬਾਅਦ ਮਾਰਕੀਟ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਧਮਾਕੇ ਦੇ ਵਿੱਚ 70 ਲੋਕਾਂ ਦੇ ਮਰਨ ਦੇ ਨਾਲ ਨਾਲ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਇਸ ਤੋਂ ਬਾਅਦ ਆਨਲਾਈਨ ਜਾਰੀ ਕੀਤੀ ਗਈ ਇੱਕ ਸਟੇਟਮੈਂਟ ਦੇ ਵਿੱਚ ਇਸਲਾਮਿਕ ਸਟੇਟ ਨੇ ਆਖਿਆ ਹੈ ਕਿ ਉਹ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਤਲਵਾਰਾਂ ਜਿੰਨਾ ਚਿਰ ਆਪਣੇ ਦੁਸ਼ਮਣਾਂ ਦਾ ਸਿਰ ਨਹੀਂ ਲਾ ਲੈਂਦੀਆਂ ਉਹਨਾਂ ਚਿਰ ਨਹੀਂ ਰੁਕਣਗੀਆਂ। ਉਹਨਾਂ ਦਾ ਇਹ ਕਮੈਂਟ ਸ਼ੀਆਇਟ ਮੁਸਲਿਮਸ ਨੂੰ ਟਾਰਗੇਟ ਕਰ ਰਿਹਾ ਸੀ। ਹਾਲਾਂਕਿ ਇਰਾਕੀ ਫੋਰਸਿਸ ਨੇ US ਏਅਰ ਸਟ੍ਰਾਈਕਸ ਦੀ ਮਦਦ ਦੇ ਨਾਲ ਇਸਲਾਮਿਕ ਸਟੇਟ ਨੂੰ ਕਈ ਇਲਾਕਿਆਂ ਦੇ ਵਿੱਚ ਖਦੇੜ ਦਿੱਤਾ ਹੈ ਅਤੇ ਉਹ ਮੋਜ਼ੂਲ ਦੇ ਵਿੱਚ ਵੀ ਉਹਨਾਂ ਦੀ ਟੈਰੀਟਰੀ ਤੇ ਅਟੈਕ ਕਰਨ ਦੀ ਪਲੈਨਿੰਗ ਬਣਾ ਚੁੱਕੇ ਹਨ ਤੇ ਮੋਜ਼ੂਲ ਨੂੰ ਆਈਸਿਸ ਤੋਂ ਫ੍ਰੀ ਕਰਾਉਣ ਦੀ ਤਿਆਰੀ ਪੂਰੀ ਲਗਭਗ ਕਰ ਚੁੱਕੇ ਹਨ, ਪਰ ਹਜੇ ਵੀ ਆਈਸਿਸ ਦੇ ਅੱਤਵਾਦੀ ਆਪਣੀ ਟੈਰੀਟਰੀ ਤੋਂ ਬਾਹਰ ਜਾ ਕੇ ਹੋਰ ਸਿਟੀਜ਼ ਦੇ ਵਿੱਚ ਹਮਲਾ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਹਨ। ਇਹ ਜ਼ਿਆਦਾਤਰ ਹਮਲੇ ਜਿੱਥੇ ਸ਼ਾਇਟ ਮੁਸਲਿਮਸ ਦੀ ਪਾਪੂਲੇਸ਼ਨ ਹੈ ਉੱਥੇ ਹੀ ਹੋ ਰਹੇ ਹਨ। ਇਰਾਕ ਦੇ ਪ੍ਰਾਈਮ ਮਿਨਿਸਟਰ ਹੈਦਰ ਅਲ ਅਬਾਦੀ ਨੇ ਕਿਹਾ ਕਿ ਇਸਲਾਮਿਕ ਸਟੇਟ, ਜੋ ਕਿ ਹੁਣ ਕਈ ਥਾਵਾਂ ਤੇ ਇਰਾਕੀ ਫੋਰਸਿਸ ਤੋਂ ਹਾਰ ਰਿਹਾ ਹੈ, ਉਹ ਇਹ ਬਦਲੇ ਦੀ ਭਾਵਨਾ ਨਾਲ ਆਮ ਲੋਕਾਂ ਦੇ ਉੱਤੇ ਕਾਰਵਾਈ ਕਰ ਰਿਹਾ ਹੈ। ਸੀਰੀਅਨ ਓਪੋਜੀਸ਼ਨ ਗਰੁੱਪ ਨੇ ਐਤਵਾਰ ਨੂੰ ਇਹ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸੀਰੀਆ ਦੀ ਆਰਮੀ ਅਤੇ ਉਸ ਨੂੰ ਬੈਕ ਕਰ ਰਹੇ ਰਸ਼ੀਅਨ ਦੇ ਵਾਰ ਪਲੇਨਸ, ਜੋ ਸੀਜ਼ਫਾਇਰ US ਅਤੇ ਰਸ਼ੀਆ ਨੇ ਮਿਲ ਕੇ ਸੀਰੀਅਨ ਦੀ ਓਪੋਜੀਸ਼ਨ ਫੋਰਸਿਸ ਨਾਲ ਕੀਤਾ ਹੈ, ਉਸ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ। UN ਸੈਕਟਰੀ ਜਨਰਲ ਬਾਨਕੀ ਮੂਨ ਨੂੰ ਲਿਖੀ ਗਈ ਇਸ ਚਿੱਠੀ ਦੇ ਵਿੱਚ ਸੀਰੀਅਨ ਓਪੋਜੀਸ਼ਨ ਲੀਡਰਸ ਨੇ ਆਖਿਆ ਕਿ ਰਸ਼ੀਆ ਦਾ ਇਹ ਅਟੈਕ, ਜੋ ਇੰਟਰਨੈਸ਼ਨਲ ਐਫਰਟਸ ਸੀਰੀਆ ਦੇ ਵਿੱਚ ਸ਼ਾਂਤੀ ਬਣਾਉਣ ਦੇ ਲਈ ਕੀਤੇ ਜਾ ਰਹੇ ਹਨ, ਤਾਂ ਉਹ ਉਸ ਨੂੰ ਖਤਰੇ ਦੇ ਵਿੱਚ ਪਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਇਹ ਜੋ ਟਰੂਸ UN ਅਤੇ ਉਹਨਾਂ ਦੇ ਵਿਚਕਾਰ ਹੋਇਆ ਹੈ ਉਹ ਟੁੱਟ ਸਕਦਾ ਹੈ ਅਤੇ ਇਹ ਸੀਰੀਆ ਦੀ ਸ਼ਾਂਤੀ ਦੇ ਲਈ ਚੰਗੀ ਗੱਲ ਨਹੀਂ ਹੈ। ਸੀਰੀਆ ਦੇ ਓਪੋਜੀਸ਼ਨ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਰਸ਼ੀਅਨਸ ਪਲੇਨਸ ਨੇ ਸੰਡੇ ਨੂੰ 26 ਬੰਬ ਗਿਰਾਏ ਅਤੇ ਉਹਨਾਂ ਨੇ ਕਈ ਰੈਜੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਵੀ ਛਾਪੇ ਮਾਰ ਕੇ ਉਹਨਾਂ ਦੇ ਉੱਤੇ ਅਟੈਕ ਕੀਤਾ। ਹਾਲਾਂਕਿ ਸੀਰੀਅਨ ਮਿਲਟਰੀ ਨੇ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਤੋਂ ਸਾਫ਼ ਇਨਕਾਰ ਕੀਤਾ ਹੈ ਅਤੇ ਸੀਰੀਅਨ ਮਿਲਟਰੀ ਨੇ ਕਿਹਾ ਹੈ ਕਿ ਪ੍ਰੈਜ਼ੀਡੈਂਟ ਬਸ਼ਰ ਅਲ ਅਸਦ ਦੇ ਦੁਆਰਾ ਕੀਤੇ ਗਏ ਸੀਜ਼ਫਾਇਰ ਦੇ ਕਰਕੇ ਉਹ ਹੁਣ ਕੋਈ ਵੀ ਅਟੈਕ ਨਹੀਂ ਕਰ ਰਹੇ ਹਨ। ਰਸ਼ੀਆ ਦੇ ਵਿੱਚ ਇੱਕ ਕੋਲ ਮਾਈਨ ਦੇ ਵਿੱਚ ਮਿਥੇਨ ਐਕਸਪਲੋਜ਼ਨ ਹੋਣ ਕਰਕੇ 36 ਲੋਕਾਂ ਦੀ ਮੌਤ ਹੋ ਗਈ ਹੈ। ਇਸ ਕੋਲ ਮਾਈਨ ਦੇ ਵਿੱਚ ਮਿਥੇਨ ਗੈਸ ਦੇ ਕੁੱਲ 3 ਧਮਾਕੇ ਹੋਏ, ਜਿਨ੍ਹਾਂ ਤੋਂ ਬਾਅਦ ਰਸ਼ੀਆ ਦੇ ਇੱਕ ਕਸਬੇ ਦੇ ਵਿੱਚ 36 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ 5 ਰੈਸਕਿਊਰਸ ਵੀ ਸ਼ਾਮਿਲ ਸਨ ਅਤੇ ਕਈ ਫੈਮਿਲੀਜ਼ ਸ਼ਾਮਿਲ ਸਨ। ਰਸ਼ੀਆ ਦੀ ਐਮਰਜੈਂਸੀਜ਼ ਦੀ ਮਿਨਿਸਟਰੀ ਨੇ ਦੱਸਿਆ ਹੈ ਕਿ ਵੀਰਵਾਰ ਨੂੰ ਹੋਏ 2 ਬਲਾਸਟ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 26 ਉਸ ਮਾਈਨ ਦੇ ਵਿੱਚ ਇਸਦੇ ਕਰਕੇ ਫਸ ਗਏ ਸਨ। ਇਸ ਤੋਂ ਬਾਅਦ ਹੋਏ ਇੱਕ ਹੋਰ ਧਮਾਕੇ ਦੇ ਵਿੱਚ 5 ਰੈਸਕਿਊਰ ਜੋ ਉਹਨਾਂ ਨੂੰ ਬਚਾਉਣ ਦੇ ਲਈ ਗਏ ਸਨ ਉਹਨਾਂ ਦੀ ਵੀ ਮੌਤ ਹੋ ਗਈ ਅਤੇ ਉਹਨਾਂ ਨੇ ਕਿਹਾ ਕਿ ਜੋ ਬਾਕੀ 26 ਲੋਕ ਉੱਥੇ ਫਸੇ ਹੋਏ ਸਨ ਉਹਨਾਂ ਨੂੰ ਵੀ ਮਰਿਆ ਮੰਨ ਲਿਆ ਗਿਆ ਹੈ, ਪਰ ਹਜੇ ਤੱਕ ਉਹਨਾਂ ਦੀਆਂ ਲਾਸ਼ਾਂ ਬਰਾਮਦ ਨਹੀਂ ਹੋਈਆਂ ਅਤੇ ਉਹਨਾਂ ਨੇ ਕਿਹਾ ਕਿ ਕਿਉਂਕਿ ਉੱਥੇ ਕਾਰਬਨ ਮੋਨੋਆਕਸਾਈਡ ਅਤੇ ਮਿਥੇਨ ਦੀ ਕਾਫ਼ੀ ਭਾਰੀ ਮਾਤਰਾ ਸੀ ਜਿਸ ਦੇ ਕਾਰਨ ਕੋਈ ਵੀ ਉੱਥੋਂ ਜ਼ਿੰਦਾ ਬਚ ਕੇ ਨਹੀਂ ਆ ਸਕਦਾ, ਇਸ ਕਰਕੇ ਉਹਨਾਂ ਸਾਰਿਆਂ ਨੂੰ ਹੀ ਮਰਿਆ ਮੰਨ ਲਿਆ ਗਿਆ ਹੈ। ਗੌਰਮੈਂਟ ਨੇ ਵਿਕਟਿਮਸ ਦੀ ਫੈਮਿਲੀਜ਼ ਨੂੰ 1 ਮਿਲੀਅਨ ਰੂਬਲਸ ਯਾਨੀ ਕਿ $13,300 ਦੇਣ ਦਾ ਵਾਅਦਾ ਕੀਤਾ ਹੈ। ਇਸ ਹੋਏ ਐਕਸਪਲੋਜ਼ਨ ਦੇ ਵਿੱਚ 36 ਲੋਕਾਂ ਮਰਨ ਤੋਂ ਇਲਾਵਾ 9 ਬੱਚੇ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ ਅਤੇ ਉਸ ਦੇ ਵਿੱਚ ਟੋਟਲ 80 ਲੋਕਾਂ ਨੂੰ ਬਚਾ ਲਿਆ ਗਿਆ ਸੀ।
ਓਹਾਇਓ ਦੇ ਡੇਟਨ ਦੇ ਵਿੱਚ ਪੁਲਿਸ ਨੇ ਦੱਸਿਆ ਹੈ ਇੱਕ ਬੈਪਟਿਸਟ ਚਰਚ ਦੇ ਪਾਦਰੀ ਨੂੰ ਅੱਜ ਸਵੇਰੇ ਕਿਸੇ ਨੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੀ ਉੱਥੇ ਮੌਤ ਹੋ ਗਈ ਹੈ। ਮੌਂਟਗੋਮਰੀ ਕਾਉਂਟੀ ਦੇ ਵਿੱਚ ਪੁਲਿਸ ਨੇ ਇਸ ਵਿਕਟਿਮ ਦੀ ਆਈਡੈਂਟੀਫਿਕੇਸ਼ਨ ਵਿਲੀਅਮ ਸਕੂਲਰ ਦੇ ਨਾਮ ਤੋਂ ਕੀਤੀ ਹੈ ਜਿਸ ਦੀ ਕਿ ਉਮਰ 70 ਸਾਲ ਸੀ ਅਤੇ ਉਹ ਡੇਟਨ ਦੇ ਰਹਿਣ ਵਾਲੇ ਸਨ। ਵਿਲੀਅਮ ਸਕੂਲਰ ਪਹਿਲਾਂ ਡੇਟਨ ਪਬਲਿਕ ਸਕੂਲ ਬੋਰਡ ਆਫ ਐਜੂਕੇਸ਼ਨ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਸਨ ਅਤੇ ਉਹ ਬੈਪਟਿਸਟ ਮਿਨਿਸਟਰ ਯੂਨੀਅਨ ਡੇਟਨ ਦੇ ਵੀ ਪ੍ਰੈਜ਼ੀਡੈਂਟ ਸਨ। ਇੱਕ ਚਸ਼ਮਦੀਦ ਨੇ ਸੇਂਟ ਪੀਟਰਸ ਮਿਸ਼ਨਰੀ ਬੈਪਟਿਸਟ ਚਰਚ ਦੇ ਵਿੱਚ ਹੋਏ ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੂੰ ਸ਼ੂਟਰ ਦੀ ਆਈਡੈਂਟੀਫਿਕੇਸ਼ਨ ਦੱਸੀ ਹੈ। ਉਸ ਚਸ਼ਮਦੀਦ ਦੀ ਗਵਾਹੀ ਤੋਂ ਬਾਅਦ ਪੁਲਿਸ ਨੇ ਸ਼ੂਟਰ ਨੂੰ ਅਰੈਸਟ ਕਰ ਲਿਆ ਹੈ ਜੋ ਕਿ ਵਿਕਟਿਮ ਵਿਲੀਅਮ ਸਕੂਲਰ ਉਸਦਾ ਛੋਟਾ ਭਰਾ ਹੈ ਜਿਸਦਾ ਕਿ ਨਾਮ ਡੇਨੀਅਲ ਸਕੂਲਰ ਹੈ ਅਤੇ ਉਸਦੀ ਉਮਰ 68 ਸਾਲ ਦੱਸੀ ਜਾਂਦੀ ਹੈ। ਵਿਲੀਅਮ ਸਕੂਲਰ ਦੇ ਦੋਸਤ ਅਤੇ ਉਹਨਾਂ ਦੇ ਸਾਥੀ ਲੀਡਰ ਰੂਣੀ ਮੋਰਲੈਂਡ ਨੇ ਕਿਹਾ ਕਿ ਵਿਲੀਅਮ ਸਕੂਲਰ ਦੀ ਆਪਣੀ ਕਮਿਊਨਿਟੀ ਦੇ ਵਿੱਚ ਕਾਫ਼ੀ ਇੱਜ਼ਤ ਕੀਤੀ ਜਾਂਦੀ ਸੀ ਅਤੇ ਇੱਕ ਬਹੁਤ ਹੀ ਲੋਕਾਂ ਨੂੰ ਪਸੰਦੀਦਾ ਲੀਡਰ ਸਨ ਅਤੇ ਉਹਨਾਂ ਦੀ ਜਗ੍ਹਾ ਭਰਨਾ ਬਹੁਤ ਹੀ ਔਖਾ ਕੰਮ ਹੋਵੇਗਾ ਅਤੇ ਉਹਨਾਂ ਨੇ ਕਿਹਾ ਕਿ ਇਹ ਜੋ ਵੀ ਹੋਇਆ ਹੈ ਬਹੁਤ ਹੀ ਮਾੜਾ ਕੰਮ ਹੋਇਆ ਹੈ ਅਤੇ ਇਸ ਨੂੰ ਕਿਸੇ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਡੇਟਨ ਪੁਲਿਸ ਵਿਲੀਅਮ ਸਕੂਲਰ ਦੇ ਛੋਟੇ ਭਰਾ ਡੇਨੀਅਲ ਸਕੂਲਰ ਨੂੰ ਹੱਥਕੜੀਆਂ ਲੈ ਕੇ ਓਹਾਇਓ ਕਾਉਂਟੀ ਜੇਲ੍ਹ ਦੇ ਵਿੱਚ ਲੈ ਗਏ। ਉਹਨਾਂ ਦੇ ਫੈਮਿਲੀ ਮੈਂਬਰਸ ਨੇ ਦੱਸਿਆ ਹੈ ਕਿ ਡੇਨੀਅਲ ਸਕੂਲਰ ਦਾ ਪਹਿਲਾਂ ਤੋਂ ਹੀ ਵਾਇਲੈਂਟ ਪਾਸਟ ਰਿਹਾ ਹੈ ਅਤੇ ਉਹ ਮੈਂਟਲ ਹੈਲਥ ਇਸ਼ੂਜ਼ ਤੋਂ ਸਫ਼ਰ ਕਰ ਰਹੇ ਸਨ, ਪਰ ਨਾ ਹੀ ਪੁਲਿਸ ਨੂੰ ਅਤੇ ਨਾ ਹੀ ਉਸਦੇ ਨਜ਼ਦੀਕੀ ਲੋਕਾਂ ਨੂੰ ਉਸਦੇ ਇਸ ਮਕਸਦ ਦੇ ਬਾਰੇ ਪਤਾ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਲੋਅ ਟੈਂਪਰੇਚਰ 50 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋਅ। ਸੈਕਰਾਮੈਂਟੋ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋਅ। ਫਰੈਜ਼ਨੋ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋਅ। ਬੇਕਰਫੀਲਡ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋਅ। ਮੋਡੈਸਟੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਸਟੋਕਟਨ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਲਾਸ ਏਂਜਲਸ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟ੍ਰੇਸੀ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟਰਕੀ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਰੀਨੋ ਨਿਵਾਡਾ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸੈਟਲ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ ਅਤੇ ਇੱਥੇ ਰਾਤ ਨੂੰ ਮੀਂਹ ਪਵੇਗਾ ਜੀ। ਪੋਰਟਲੈਂਡ ਓਰੇਗਨ ਦੇ ਵਿੱਚ 69 ਡਿਗਰੀ ਹਾਈ ਅਤੇ 48 ਡਿਗਰੀ ਲੋ। ਇੱਥੇ ਦਿਨ ਦੇ ਵਿੱਚ ਮੀਂਹ ਪੈਣ ਦੇ 40 ਫੀਸਦੀ ਆਸਾਰ ਹਨ ਅਤੇ ਰਾਤ ਨੂੰ 80 ਫੀਸਦੀ ਮੀਂਹ ਪੈਣ ਦੇ ਆਸਾਰ ਹਨ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 28 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 33 ਡਿਗਰੀ ਲੋ। ਸਵੇਰ ਦੇ ਟਾਈਮ ਬੂੰਦਾਬਾਂਦੀ ਹੋ ਸਕਦੀ ਹੈ। ਸ਼ਿਕਾਗੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਰਾਤ ਨੂੰ ਬਰਫ਼ਬਾਰੀ ਹੋਵੇਗੀ। ਨਿਊਯਾਰਕ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਰਾਤ ਨੂੰ ਮੌਸਮ ਸਾਫ਼ ਰਹੇਗਾ ਪਰ ਸਵੇਰ ਦੇ ਟਾਈਮ ਬੂੰਦਾਬਾਂਦੀ ਹੋ ਸਕਦੀ ਹੈ। ਕੈਨੇਡਾ ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਅਤੇ ਸਵੇਰ ਦੇ ਟਾਈਮ ਬੂੰਦਾਬਾਂਦੀ ਹੋ ਸਕਦੀ ਹੈ। ਕੈਲਗਰੀ ਦੇ ਵਿੱਚ 4 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ। ਸਵੇਰ ਦੇ ਟਾਈਮ ਹਲਕੀ ਬਰਫ਼ਬਾਰੀ ਹੋਵੇਗੀ। ਟੋਰਾਂਟੋ ਦੇ ਵਿੱਚ 5 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -16 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -23 ਡਿਗਰੀ ਸੈਲਸੀਅਸ ਲੋ ਅਤੇ ਮੌਸਮ ਸਾਫ਼ ਰਹੇਗਾ। ਅੰਮ੍ਰਿਤਸਰ ਦੇ ਵਿੱਚ 29 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 14 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 25 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 7 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 5 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਪੈਰਿਸ ਦੇ ਵਿੱਚ 7 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ ਅਤੇ ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਮਿਲੇਗੀ ਜੀ ਸੋਮਵਾਰ ਦੇ ਅੰਕ ਵਿੱਚ। ਸੋ ਇਸੇ ਦੇ ਨਾਲ ਵੇਲਾ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408-272-5200 'ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com 'ਤੇ। ਇੱਕ ਵਾਰੀ ਫਿਰ ਸਾਰੇ ਹੀ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।